ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਦੁਬਈ ਦੇ ਵਿੱਚ ਸਾਡਾ ਤੀਜਾ ਦਿਨ ਆ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਬੁਰਜ ਖਲੀਫਾ ਅਤੇ ਵਾਟਰ ਫਾਊਂਟਨ ਸ਼ੋ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਜਿਹੜੇ ਪੰਜਾਬੀ ਉੱਥੇ ਆਪਣੇ ਰਹਿੰਦੇ ਆ ਜੱਬਲ ਅਲੀ ਉੱਥੇ ਜਾਵਾਂਗੇ ਅੱਜ ਅਤੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਰਹਿੰਦੇ ਆ ਉਹ ਰੋਟੀ ਪਾਣੀ ਕਿੱਦਾਂ ਕਰਦੇ ਆਪਣਾ ਅਤੇ ਅੱਜ ਦਾ ਵਲੋਗ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਉਸ ਤੋਂ ਪਹਿਲਾਂ ਤੁਹਾਨੂੰ ਕਰਾਉਂਦੇ ਹਾਂ ਬਰ ਦੁਬਈ ਅਤੇ ਦੇਰਾ ਦੇ ਵਿਚਕਾਰ ਜਿਹੜੀ ਲੇਕ ਵਾਂਗੂ ਬਣਿਆ ਹੋਇਆ ਇੱਕ ਜਿੱਥੋਂ ਆਪਾਂ ਬੋਟ ਦੇ ਨਾਲ ਪਾਰ ਕਰੀਦਾ ਉਹ ਦਿਖਾਉਂਦੇ ਹਾਂ ਜੀ ਤੁਹਾਨੂੰ ਪਹਿਲਾਂ ਉਹਦੀ ਸੈਰ ਕਰਾਉਂਦੇ ਹਾਂ ਹੁਣ ਅਸੀਂ ਬੈਠੇ ਹਾਂ ਬਰ ਦੁਬਈ ਤੋਂ ਟੈਕਸੀ ਚ ਤੇ ਅਸੀਂ ਜਾਵਾਂਗੇ ਦੁਬਈ ਮਾਲ ਵੱਲ ਤੇ ਆ ਭਾਜੀ ਭਾਜੀ ਹੁਣੀ ਸਾਨੂੰ ਲੈਣ ਆਏ ਆ ਭਾਜੀ ਨਾਮ ਕੀ ਤੁਹਾਡਾ ਵਸੀਮ ਭਾਜੀ ਹੁਣਾਂ ਦਾ ਨਾਂ ਆ ਕਿੱਥੋਂ ਭਾਜੀ ਤੁਸੀਂ ਪਾਕਿਸਤਾਨ ਤੋਂ ਆ ਭਾਜੀ ਹੁਣੀ ਪੰਜਾਬ ਤੋਂ ਭਾਜੀ ਹੁਣੀ ਲੈਂਦੇ ਪੰਜਾਬ ਤੋਂ ਆ ਤੇ ਅਸੀਂ ਹੈਗੇ ਚੜ੍ਹਦੇ ਪੰਜਾਬ ਤੋਂ ਤੇ ਹੁਣ ਅਸੀਂ ਜਾ ਰਹੇ ਹਾਂ ਦੁਬਈ ਮਾਲ ਭਾਜੀ ਹੁਣ ਬਾੜੀ ਕੋ ਬੱਦੀ ਤੇ ਨਹੀਂ ਹੈਗੀ ਨਾ ਨਹੀਂ ਨਹੀਂ ਦੁਬਈ ਮਾਲ ਚ ਲੱਗ ਜਾ ਤੇ ਅਜੇ ਹਾਂਜੀ ਅਜੇ ਦੁਬਈ ਜਾਣਾ ਹਾਂਜੀ ਬੋਲੋ ਮੈਂ ਕਿਹਾ ਪਤਾ ਨੀ ਕੀ ਕਹਿਣ ਲੱਗਾ ਤੇ ਭਾਜੀ ਹੁਣੀ ਸਾਡੇ ਤੋਂ ਵੀ ਵਧੀਆ ਪੰਜਾਬੀ ਬੋਲਦੇ ਆ ਭਾਜੀ ਹੁਣੀ ਵੀ ਉਦਾਂ ਪੰਜਾਬ ਤੋਂ ਹੀ ਆ ਅੱਛਾ ਜੀ ਤੇ ਜਿੱਦਾਂ ਭਾਜੀ ਉਹ ਪਾਕਿਸਤਾਨੀ ਡਰਾਮੇ ਅਸੀਂ ਬਹੁਤ ਵੇਖੇ ਆ ਉਹਦੇ ਚ ਕਰਦੇ ਸਾਨੂੰ ਤੁਸੀਂ ਵੀ ਕੋਈ ਕਿੱਸਾ ਕਰਤਾਰਪੁਰ ਜਿਹੜਾ ਆਪਣੇ ਖੋਲਿਆ ਨਾ ਇੰਡੀਆ ਵਾਸਤੇ ਹਾਂਜੀ ਇਹ ਭਾਜੀ ਹੁਣੀ ਪਿੱਛੇ ਬੈਠੇ ਭਾਜੀ ਹੁਣੀ ਹੋ ਕੇ ਆਏ ਆ ਹਾਂ ਭਾਜੀ ਹੁਣੀ ਬਹੁਤ ਖੁਸ਼ ਆ ਕਹਿੰਦੇ ਉੱਥੇ ਮਹਿਮਾਨ ਵਾਜੀ ਕੀਤੀ ਮੈਨੂੰ ਨੀ ਲੱਗਦਾ ਕਦੀ ਕਿਸੇ ਨੇ ਕੀਤੀ ਹੋਣੀ ਇੱਜ਼ਤ ਮਾਣ ਬਹੁਤ ਕੀਤਾ ਹਾਂ
ਹਿੰਮਤ ਹੀ ਨਹੀਂ ਪਈ ਗਾਂ ਕਿਤੇ ਜਾਣ ਦੀ ਮੇਰਾ ਨੈੱਟ ਨਹੀਂ ਚੱਲਿਆ ਮੈਂ ਚੱਲ ਜਾਣਾ ਕੁਛ ਭਾਜੀ ਗੱਲ ਬਾਤ ਫਰਾਰੀ ਦੇ ਸ਼ੋਰੂਮ ਚ ਕੀ ਦੇਖਣ ਜਾਣਾ ਆਪਾਂ ਕਿਹੜਾ ਲੈਣੀ ਆ ਬੁਰਜ ਖਲੀਫਾ ਦੁਨੀਆ ਦੀ ਤਕਰੀਬਨ ਸਭ ਤੋਂ ਉੱਚੀ ਹੁਣ ਤੱਕ ਦੀ ਬਣੀ ਹੋਈ ਇਮਾਰਤ ਆ ਇਹ ਇਮਾਰਤ ਬਣਨ ਤੋਂ ਪਹਿਲਾਂ ਮੈਨੂੰ ਲੱਗਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਵੀ ਐਡੀ ਉੱਚੀ ਕਦੀ ਬਿਲਡਿੰਗ ਬਣੂਗੀ ਇਹਨੂੰ ਤਕਰੀਬਨ 12,000 ਕਾਰੀਗਰਾਂ ਨੇ ਰਲ ਕੇ ਬਣਾਇਆ ਹੋਇਆ ਆਪਣੇ ਖੂਨ ਪਸੀਨਾ ਬਣਾ ਕੇ ਇਮਾਰ ਕੰਪਨੀ ਆ ਦੁਬਈ ਦੀ ਉਹਨਾਂ ਨੇ ਇਹ ਬਿਲਡਿੰਗ ਬਣਾਈ ਆ ਅਤੇ ਇਮਾਰ ਕੰਪਨੀ ਵਾਲਿਆਂ ਨੇ 6 ਜਨਵਰੀ 2004 ਨੂੰ ਇਹਨੂੰ ਬਣਾਉਣ 'ਤੇ ਕੰਮ ਸ਼ੁਰੂ ਕੀਤਾ ਸੀਗਾ ਅਤੇ ਅਮੈਰੀਕਾ ਦੇ ਆਰਕੀਟੈਕਟ ਉਹਨਾਂ ਨੇ ਹਾਇਰ ਕੀਤੇ ਸੀਗੇ ਸਕਿਡ ਮੋਰ ਅਤੇ ਮੈਰਿਲ ਦੋਨਾਂ ਜਣਿਆਂ ਨੇ ਇਹ ਬਿਲਡਿੰਗ ਤਕਰੀਬਨ ਤਿਆਰ ਕੀਤੀ ਆ ਅਤੇ ਇਹਦਾ ਜਿਹੜਾ ਨਕਸ਼ਾ ਸੀਗਾ ਉਹ ਬਣਾਇਆ ਸੀਗਾ ਐਡਰੀਅਨ ਸਮਿਥ ਨਾਂ ਦਾ ਇੱਕ ਬੰਦਾ ਆ ਉਹਨੇ ਇਹਦਾ ਨਕਸ਼ਾ ਤਿਆਰ ਕੀਤਾ ਸੀਗਾ ਸਾਰਾ ਅਤੇ ਬੁਰਜ ਖਲੀਫਾ ਬਣਾਉਣ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਸੀਗਾ ਉਹ ਸਾਊਥ ਕੋਰੀਆ ਦੀ ਇੱਕ ਕੰਪਨੀ ਆ ਸੈਮਸੰਗ CNT ਕਾਰਪੋਰੇਸ਼ਨ ਉਹ ਉਹਨਾਂ ਨੂੰ ਦਿੱਤਾ ਗਿਆ ਸੀਗਾ ਅਤੇ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਹੀ ਆ ਬਿਲਡਿੰਗ ਬਣਾ ਕੇ ਕਿੱਡੀ ਟੋਪ ਕਲਾਸ ਦੀ ਖੜ੍ਹੀ ਕਰਤੀ ਅਤੇ ਫਿਰ ਵੀ ਇਹ ਕੰਮ ਇੰਨਾ ਵੱਡਾ ਸੀਗਾ ਵੀ ਇਹਨੂੰ ਇੱਕ ਬੈਲਜੀਅਮ ਦੀ ਕੰਪਨੀ ਬੇਸਿਕਸ ਅਤੇ ਦੁਬਈ ਦੀ ਕੰਪਨੀ ਆ ਅਰੈਬਟੈਕ ਇਹਨਾਂ ਦੋਨਾਂ ਨੂੰ ਫਿਰ ਨਾਲ ਆਪਣੇ ਲੈ ਕੇ ਕੰਮ ਪੂਰਾ ਕਰਨਾ ਪਿਆ ਸੀਗਾ ਅਤੇ ਜਦੋਂ ਇਹ ਬਿਲਡਿੰਗ ਬਣਨੀ ਸ਼ੁਰੂ ਹੋ ਗਈ ਸੀਗੀ 2004 ਦੇ ਵਿੱਚ ਉਦੋਂ ਵੀ ਤਕਰੀਬਨ ਇਹਦਾ ਨਕਸ਼ਾ ਤਿਆਰ ਨਹੀਂ ਸੀ ਪੂਰਾ ਹੋਇਆ ਜਦੋਂ ਵਰਕਰਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਤਕਰੀਬਨ ਅੱਧਾ ਨਕਸ਼ਾ ਇਹਦਾ ਤਿਆਰ ਹੋਇਆ ਸੀਗਾ ਨਾਲ ਦੀ ਨਾਲ ਫਿਰ ਨਕਸ਼ਾ ਤਿਆਰ ਕੀਤਾ ਗਿਆ ਇਹਦਾ ਕੰਮ ਚੱਲਦੇ ਦੇ ਨਾਲ ਨਾਲ ਹੀ ਪਹਿਲਾਂ ਬੁਰਜ ਖਲੀਫਾ ਦੀ ਉਚਾਈ ਤਕਰੀਬਨ 500 ਮੀਟਰ ਸਮਥਿੰਗ ਰੱਖੀ ਗਈ ਸੀਗੀ ਅਤੇ ਇਹਦਾ ਬੇਸ ਨਾ ਇਹਦੀ ਨੀਂਹ ਬਹੁਤ ਜ਼ਿਆਦਾ ਮਜ਼ਬੂਤ ਬਣਾਈ ਸੀਗੀ ਉਹਦਾ ਕਰਕੇ ਫਿਰ ਇਹਨਾਂ ਨੇ 300 ਮੀਟਰ ਉਚਾਈ ਹੋਰ ਇਹਦੀ ਵਧਾ ਦਿੱਤੀ ਅਤੇ ਜਦੋਂ ਉਚਾਈ ਵਧਾਈ ਫਿਰ ਇਹਨਾਂ ਦਾ ਬਜਟ ਹਿੱਲ ਗਿਆ ਅਤੇ ਉਦੋਂ ਬਾਅਦ ਵਿੱਚ ਫਿਰ ਇਹਨਾਂ ਨੇ ਆਬੂ ਧਾਬੀ ਦੇ ਜਿਹੜੇ ਪ੍ਰੈਜੀਡੈਂਟ ਆ ਖਲੀਫਾ ਬਿਨ ਜ਼ਾਇਦ ਉਹਨਾਂ ਦੇ ਕੋਲੋਂ ਫਿਰ ਇਹਨਾਂ ਨੇ ਵਿੱਤੀ ਸਹਾਇਤਾ ਲਈ ਸੀਗੀ ਜਿਹਦੇ ਕਰਕੇ ਫਿਰ ਬੁਰਜ ਖਲੀਫਾ ਦਾ ਨਾਮ ਵੀ ਉਹਨਾਂ ਦੇ ਨਾਮ ਤੋਂ ਰੱਖਿਆ ਗਿਆ ਬੁਰਜ ਖਲੀਫਾ ਪਹਿਲਾਂ ਬੁਰਜ ਖਲੀਫਾ ਦਾ ਨਾਮ ਸੀਗਾ ਬੁਰਜ ਟਾਵਰ ਤੋਂ ਚੇਂਜ ਕਰਕੇ ਫਿਰ ਉਹਨਾਂ ਨੇ ਖਲੀਫਾ ਬਿਨ ਜ਼ਾਇਦ ਦੇ ਨਾਮ 'ਤੇ ਰੱਖਤਾ ਸੀਗਾ ਬੁਰਜ ਖਲੀਫਾ 2009 ਦੇ ਵਿੱਚ ਬੁਰਜ ਖਲੀਫਾ ਦਾ ਕੰਮ ਸੀ ਕੰਪਲੀਟ ਹੋ ਗਿਆ ਸੀਗਾ 2004 ਤੋਂ ਸ਼ੁਰੂ ਹੋ ਕੇ 2009 ਦੇ ਵਿੱਚ ਤਕਰੀਬਨ 5 ਸਾਲਾਂ ਦੇ ਵਿੱਚ ਐਡੀ ਵੱਡੀ ਬਿਲਡਿੰਗ ਦੁਬਈ ਨੇ ਖੜ੍ਹੀ ਕਰਤੀ ਸੀ ਅਤੇ ਫਿਰ 4 ਜਨਵਰੀ 2010 ਨੂੰ ਇਹਦੀ ਓਪਨਿੰਗ ਕੀਤੀ ਸੀਗੀ ਆਹ
ਮਾਸਟਰ ਜੀ ਸਾਨੂੰ ਲੈ ਕੇ ਆਏ ਇੱਥੇ ਅਤੇ ਇੱਥੇ ਰਹਿੰਦੇ ਸਾਰੇ ਪੰਜਾਬੀ ਮੁੰਡੇ ਹੋਰ ਭਾਅ ਜੀ ਕੀ ਹਾਲ ਜੀ ਠੀਕ ਠਾਕ ਭਾਜੀ ਹੱਥ ਕਰਿਓ ਮਾੜਾ ਥੱਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮੋਰਨਿੰਗ ਜੀ ਅਤੇ ਅੱਜ ਸਾਡਾ ਦੁਬਈ 'ਚ ਆਖਰੀ ਦਿਨ ਆ ਅਤੇ ਅਸੀਂ ਹੁਣ ਜਾ ਰਹੇ ਹਾਂ ਦੇਰਾ ਤੋਂ ਆਪਾਂ ਸ਼ਾਰਜਾ ਜਾ ਰਹੇ ਹਾਂ ਵੈਸੇ ਜੀ ਹੁਣ ਸ਼ਾਰਜਾ ਜਾ ਰਹੇ ਹਾਂ ਅਤੇ ਸਵੇਰ ਦਾ ਤਕਰੀਬਨ 7:30 ਦਾ ਟਾਈਮ ਆ 11:30 ਵਜੇ ਫਲੈਟ ਆ ਅਤੇ ਮਾਸਟਰ ਜੀ ਸਾਨੂੰ ਛੱਡਣ ਜਾ ਰਹੇ ਆ ਬਸ ਅਤੇ ਅਸੀਂ ਆਪਾਂ ਅੱਧੇ ਘੰਟੇ ਤੱਕ ਪਹੁੰਚ ਜਾਂਗੇ ਅੱਧੇ ਘੰਟੇ ਤੱਕ ਅਸੀਂ ਉੱਥੇ ਪਹੁੰਚ ਜਾਣਾ ਅਤੇ ਬਾਕੀ ਫਿਰ ਕਰਦੇ